ਜੋ ਨਵੀਨੀਕਰਨ ਦੇ ਨਾਂ 'ਤੇ ਜਲ੍ਹਿਆਂਵਾਲੇ ਬਾਗ ਦੇ ਵਿੱਚ ਹੋ ਰਿਹਾ ਆ, ਤੁਸੀਂ ਤੁਹਾਨੂੰ ਲੱਗਦਾ ਕਿ ਇਹਦੇ ਵਿੱਚ ਕੋਈ ਸਾਜ਼ਿਸ਼ ਚੱਲਦੀ ਹੈ? ਬਿਲਕੁਲ ਜੀ, ਸਾਨੂੰ ਸਾਜ਼ਿਸ਼ ਲੱਗਦੀ ਹੈ। ਇਹ ਸਾਰੀ ਜਿਹੜਾ ਰਾਜ ਸਭਾ ਦਾ ਮੈਂਬਰ ਹੈ ਔਰ BJP ਦਾ ਲੀਡਰ ਹੈ ਇੱਥੋਂ ਦਾ ਸ਼ਵੇਤ ਮਲਿਕ, ਉਹਦੀ ਸਾਜ਼ਿਸ਼ ਹੈ। ਉਹ ਬੰਦਾ ਜਲ੍ਹਿਆਂਵਾਲੇ ਬਾਗ ਟਰੱਸਟ ਦਾ ਮੈਂਬਰ ਹੋਣ ਦੇ ਨਾਤੇ ਇੰਨਾ ਕੁਛ ਇੱਥੇ ਹੋ ਰਿਹਾ ਲੋਕਾਂ ਦੇ ਵਿੱਚ, ਦੇਸ਼ ਵਿਦੇਸ਼ ਦੇ ਵਿੱਚ, ਪੂਰੇ ਪੰਜਾਬ ਨਹੀਂ, ਹਿੰਦੁਸਤਾਨ ਨਹੀਂ, ਸਾਨੂੰ ਅਮੈਰੀਕਾ ਤੋਂ, ਕੈਨੇਡਾ ਤੋਂ, ਇੰਗਲੈਂਡ ਤੋਂ ਜਿਹੜੇ ਸ਼ਹੀਦ ਊਧਮ ਸਿੰਘ ਔਰ ਸ਼ਹੀਦਾਂ ਨੂੰ ਪਿਆਰ ਕਰਨ ਵਾਲਿਆਂ ਦੇ ਫੋਨ ਆ ਰਹੇ ਨੇ ਵੀ ਇਹ ਕੀ ਹੋ ਰਿਹਾ। ਇਹ ਜਲ੍ਹਿਆਂਵਾਲਾ ਬਾਗ ਇੱਕ ਹਿਸਟੋਰੀਕਲ ਪਲੇਸ ਹੈ ਸਾਡੇ ਦੇਸ਼ ਦਾ ਜਨਾਬ, ਜਿਹੜੀ ਸਾਡਾ ਦੇਸ਼ ਆਜ਼ਾਦ ਹੋਇਆ ਉਹਦਾ ਟਰਨਿੰਗ ਪੁਆਇੰਟ ਆ ਜਲ੍ਹਿਆਂਵਾਲਾ ਬਾਗ, ਔਰ ਸ਼ਵੇਤ ਮਲਿਕ ਨੂੰ ਅਸੀਂ ਜ਼ਿੰਮੇਵਾਰ ਮੰਨਦੇ ਹਾਂ ਇਸ ਗੱਲ ਦੇ। ਉਹ ਤਾਂ ਫਰਜ਼ ਬਣਦਾ ਇੱਥੇ ਆ ਕੇ ਇਹ ਚੀਜ਼, ਜੇ ਲੋਕ ਇਸ ਚੀਜ਼ ਦਾ ਵਿਰੋਧ ਕਰ ਰਹੇ ਆ ਸ਼ਹੀਦਾਂ ਨੂੰ ਪਿਆਰ ਕਰਨ ਵਾਲੇ, ਤਾਂ ਉਹਨੂੰ ਆ ਕੇ ਢੁੱਕਵਾਂ ਜਵਾਬ ਦੇਣਾ ਚਾਹੀਦਾ, ਲੋਕਾਂ ਦੀ ਕਚਹਿਰੀ ਵਿੱਚ, ਸ਼ਹੀਦਾਂ ਦੇ ਵਾਰਸਾਂ ਦੀ ਕਚਹਿਰੀ ਦੇ ਵਿੱਚ ਆ ਕੇ ਉਹਨੂੰ ਜਵਾਬ ਦੇਣਾ ਚਾਹੀਦਾ। ਰਾਜਨੀਤੀ ਨਹੀਂ ਕਰਨੀ ਚਾਹੀਦੀ, ਅਸੀਂ ਕੋਈ ਰਾਜਨੀਤੀ ਕਰਨੀ ਆਏ, ਅਸੀਂ ਸ਼ਹੀਦਾਂ ਲਈ, ਮੁਰੀਦਾਂ ਲਈ ਕੰਮ ਕਰਦੇ ਹਾਂ। 2016 ਤੋਂ ਇੰਟਰਨੈਸ਼ਨਲ ਸਰਵਕਮੋਜ ਸਮਾਜ ਨੇ ਇੱਕ ਤਹੀਆ ਕੀਤਾ ਸੀ ਕਿ 71 ਸਾਲ ਜਿਹੜਾ ਹੋ ਗਿਆ ਜਲ੍ਹਿਆਂਵਾਲੇ ਬਾਗ ਦੇ ਨਰਸੰਹਾਰ ਨੂੰ, ਜਿਹਨੇ ਸ਼ੂਰਬੀਰ ਯੋਧੇ ਨੇ ਬਦਲਾ ਲਿਆ, ਉਹਦੀ ਇੱਕ ਵੀ ਫੋਟੋ ਇਸ ਜਲ੍ਹਿਆਂਵਾਲੇ ਬਾਗ ਦੇ ਵਿੱਚ ਨਹੀਂ, ਤਾਂ ਅਸੀਂ ਸੈਂਟਰ ਗੌਰਮੈਂਟ, ਰਾਜਨਾਥ ਸਿੰਘ ਜੀ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਪਰਮਿਸ਼ਨ ਦੇ ਕੇ, ਪੰਜਾਬ ਸਰਕਾਰ, ਕੈਪਟਨ ਅਮਰਿੰਦਰ ਸਿੰਘ ਜੀ ਨੇ ਸਾਡਾ ਸਾਥ ਦੇ ਕੇ ਜਿਹੜਾ ਜਲ੍ਹਿਆਂਵਾਲੇ ਬਾਗ ਦੇ ਵਿੱਚ ਸ਼ਹੀਦ ਊਧਮ ਸਿੰਘ ਦਾ ਅਸੀਂ ਆਦਮਕਦ ਬੁੱਤ ਲਾਉਣ ਵਿੱਚ ਸਾਰੇ ਸਫਲ ਹੋਏ ਹਾਂ। ਉਹਦੇ ਵਿੱਚ ਕੋਈ ਜਾਤ ਨਹੀਂ, ਕੋਈ ਪਾਤ ਨਹੀਂ, ਉਹਦੇ ਵਿੱਚ ਸ਼ਹੀਦਾਂ ਨੂੰ ਪਿਆਰ ਕਰਨ ਵਾਲੇ ਸਾਰੇ ਇਕੱਠੇ ਹੋਏ ਹਾਂ। ਪਰ ਜਿਹੜੀ ਇਹ ਟਿਕਟ ਖਿੜਕੀ ਹੈ ਜਾਂ ਕੁਛ ਵੀ ਹੈ, ਇਹ ਜੇ ਡੈਕੋਰੇਸ਼ਨ ਵੀ ਹੈ, ਤਾਂ ਇਹ ਜਲ੍ਹਿਆਂਵਾਲੇ ਬਾਗ ਦੀ ਦਿੱਖ ਨੂੰ ਖਰਾਬ ਕਰਨ ਦੀ ਸੋਚੀ ਸਮਝੀ ਸਾਜ਼ਿਸ਼ ਹੈ। ਅਸੀਂ ਇਹਦਾ ਵਿਰੋਧ ਕਰਦੇ ਹਾਂ ਔਰ ਅਸੀਂ ਇਹ 15 ਫਰਵਰੀ ਤੱਕ ਜਿਹੜਾ ਹੈਗਾ ਸਰਕਾਰ ਨੂੰ ਉਡੀਕਣਾ। ਮੈਮੋਰੈਂਡਮ ਅਸੀਂ ਪਹਿਲਾਂ ਵੀ ਦਿੱਤੇ ਆ, ਹੁਣ ਵੀ ਦੇ ਰਹੇ ਹਾਂ। ਅਗਰ 15 ਫਰਵਰੀ ਤੱਕ ਸੈਂਟਰ ਦੀ ਸਰਕਾਰ ਨੇ ਔਰ ਜਲ੍ਹਿਆਂਵਾਲਾ ਬਾਗ ਟਰੱਸਟ ਨੇ ਸਾਨੂੰ ਕੋਈ ਜਵਾਬ ਨਾ ਦਿੱਤਾ, ਤਾਂ ਬੜੇ ਅਸੀਂ ਇੰਟਰਨੈਸ਼ਨਲ ਪੱਧਰ 'ਤੇ ਜਿਹੜਾ ਇੱਥੇ ਐਜੀਟੇਸ਼ਨ ਕਰਾਂਗੇ ਔਰ ਇਸ ਖਿੜਕੀ ਨੂੰ ਅਸੀਂ ਢਾਹ ਕੇ ਜਾਵਾਂਗੇ। ਕੰਬੋ ਬਰਾਦਰੀ ਸਿਰਫ ਇਸ ਬੁੱਤ ਤੱਕ ਸੀਮਤ ਹੈ ਜਾਂ ਜੋ ਅੰਦਰ? ਨਹੀਂ ਜੀ, ਨਹੀਂ ਨਹੀਂ ਨਹੀਂ, ਬਿਲਕੁਲ ਨਹੀਂ, ਬਿਲਕੁਲ ਨਹੀਂ। ਅਸੀਂ ਸ਼ਹੀਦਾਂ ਨੂੰ, ਕੰਬੋਜ ਜ਼ੋਰਾਂ ਨਾਲ ਕੰਮ ਚੱਲ ਰਿਹਾ, ਕੰਬੋਜ ਬਰਾਦਰੀ ਦਾ ਬੜਾ ਵੱਡਾ ਇਤਿਹਾਸ ਹੈ ਜੀ। ਮਹਾਂਭਾਰਤ ਤੋਂ, ਰਿਗਵੇਦ ਤੋਂ ਲੈ ਕੇ ਜਿਹੜੀ ਕੰਬੋਜ ਬਰਾਦਰੀ ਆ, ਮਹਾਂਭਾਰਤ ਦੇ ਵਿੱਚ ਵੀ ਕੰਬੋਜ ਬਰਾਦਰੀ ਦਾ ਜ਼ਿਕਰ ਆਉਂਦਾ ਹੈ। ਭਾਈ ਮਨੀ ਸਿੰਘ ਜਿਨ੍ਹਾਂ ਨੇ ਬੰਦ ਕਟਵਾ ਦਿੱਤਾ, ਔਰ ਮੱਸਾ ਰੰਗੜ ਦਾ ਸਿਰ ਵੱਢਣ ਵਾਲਾ ਵੀ ਇੱਕ ਸੂਰਬੀਰ ਯੋਧਾ ਜਿਹੜਾ 2 ਆਏ ਸੀਗੇ, ਉਹਨਾਂ 'ਚੋਂ ਵੀ ਮਹਿਤਾਬ ਸਿੰਘ ਜੀ ਕੰਬੋਜ ਸੀਗੇ, ਔਰ ਹੋਰ ਵੀ ਕੰਬੋਜਾਂ ਨੇ ਬੜੀਆਂ ਕੁਰਬਾਨੀਆਂ ਕੀਤੀਆਂ ਨੇ। ਇੱਥੇ ਗੱਲ ਕੰਬੋਜ ਬਰਾਦਰੀ ਦੀ ਨਹੀਂ, ਇੱਥੇ ਗੱਲ ਜਲ੍ਹਿਆਂਵਾਲੇ ਬਾਗ ਦੇ ਸ਼ਹੀਦਾਂ ਦੀ ਹੈ, ਜਿਨ੍ਹਾਂ ਨੇ 1700 ਸ਼ਹੀਦ ਜਲ੍ਹਿਆਂਵਾਲੇ ਬਾਗ ਦੀ ਇਸ ਪਵਿੱਤਰ ਮਿੱਟੀ ਦੇ ਵਿੱਚ ਉਹਨਾਂ ਦਾ ਖੂਨ ਡੁੱਲਿਆ। ਅਗਰ ਉਹਨਾਂ ਨੂੰ ਦੇਖਣ ਲਈ ਟਿਕਟ ਖਿੜਕੀਆਂ ਲੱਗਣਗੀਆਂ, ਉਹਨਾਂ ਦੀ ਦਿੱਖ ਨੂੰ ਖਰਾਬ ਕੀਤਾ ਜਾਏਗਾ, ਅਤੇ ਕੰਬੋਜ ਬਰਾਦਰੀ ਹੀ ਨਹੀਂ, ਸ਼ਹੀਦਾਂ ਨੂੰ ਪਿਆਰ ਕਰਨ ਵਾਲੇ ਇਸ ਚੀਜ਼ ਦਾ ਵਿਰੋਧ ਕਰਨਗੇ। ਕੰਬੋਜ ਬਰਾਦਰੀ ਸ਼ਹੀਦਾਂ ਦੀ ਗੱਲ ਕਰਦੀ ਹੈ, ਦੇਸ਼ ਦੀ ਗੱਲ ਕਰਦੀ ਹੈ, ਦੇਸ਼ ਦੀ ਕੁਰਬਾਨੀ ਦੀ ਗੱਲ ਕਰਦੀ ਆ। ਦੇਸ਼ ਦੇ ਵਿੱਚ ਜਿਹੜੀਆਂ ਹੋਰ ਚੀਜ਼ਾਂ ਵੀ ਹੈਗੀਆਂ, ਜਾਮੀਆ ਮਿਲਿਆ ਯੂਨੀਵਰਸਿਟੀ ਆ, ਉਹ ਵੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਹੋਰ ਸੰਸਥਾਵਾਂ ਵੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਤੁਸੀਂ ਉਹਨਾਂ ਬਾਰੇ ਕੀ? ਅਸੀਂ ਕੋਈ ਕਮੈਂਟ ਨਹੀਂ ਕਰਨਾ ਚਾਹੁੰਦੇ ਜੀ ਉਹਦੇ ਬਾਰੇ। ਅਸੀਂ ਸਿਰਫ ਅਤੇ ਸਿਰਫ ਅੱਜ ਦੀ ਡੇਟ ਦੇ ਵਿੱਚ ਜੇ ਕੋਈ ਵਕਤ ਆਊਗਾ ਉਹਦੇ ਬਾਰੇ ਜ਼ਰੂਰ ਬੋਲਾਂਗੇ, ਪਰ ਅੱਜ ਅਸੀਂ ਜਲ੍ਹਿਆਂਵਾਲੇ ਬਾਗ ਦੇ ਸ਼ਹੀਦਾਂ ਨੂੰ ਸਮਰਪਿਤ ਧਰਨਾ ਦੇ ਰਹੇ ਹਾਂ। ਅੱਜ ਸਾਡਾ ਜਿਹੜਾ ਐਜੀਟੇਸ਼ਨ ਹੈ ਉਹ ਕੋਈ ਜਾਮੀਆਂ ਜਾਂ ਕੋਈ ਹੋਰ ਯੂਨੀਵਰਸਿਟੀ ਜਾਂ ਕਿਸੇ ਬਿੱਲ ਨੂੰ ਲੈ ਕੇ ਨਹੀਂ ਹੈ, ਸਾਡਾ ਨਾ ਕੋਈ ਰਾਜਨੀਤਿਕ ਧਰਨਾ, ਸਾਡਾ ਸਿਰਫ ਅਤੇ ਸਿਰਫ ਜਲ੍ਹਿਆਂਵਾਲੇ ਬਾਗ ਦੇ ਸ਼ਹੀਦਾਂ ਨੂੰ ਸਮਰਪਿਤ ਧਰਨਾ, ਔਰ ਇੱਥੇ ਅਸੀਂ ਸਿਰਫ ਜਲ੍ਹਿਆਂਵਾਲੇ ਬਾਗ ਦੇ ਸ਼ਹੀਦਾਂ ਦੀ ਗੱਲ ਕਰਾਂਗੇ, ਕੋਈ ਹੋਰ ਕਮੈਂਟ ਨਹੀਂ ਕਰਾਂਗੇ। ਅਗਰ ਪ੍ਰਸ਼ਾਸਨ ਇਸ ਚੀਜ਼ ਨੂੰ ਨਹੀਂ ਲੈ ਕੇ ਆਉਂਦਾ ਤੁਹਾਡੇ ਕਹਿਣ 'ਤੇ, ਤਾਂ ਫਿਰ ਕੀ ਕੀਤਾ ਜਾਊਗਾ? 15 ਫਰਵਰੀ ਨੂੰ ਫਿਰ ਅਸੀਂ ਇੱਕ ਕਮੇਟੀ ਬਣਾਵਾਂਗੇ, ਜੁਆਇੰਟ ਐਕਸ਼ਨ ਕਮੇਟੀ ਜਿਹੜੀ ਹੈ, 25 ਮੈਂਬਰਾਂ ਦੀ ਸਾਡੀ ਜੁਆਇੰਟ ਐਕਸ਼ਨ ਕਮੇਟੀ ਬਣੇਗੀ। ਗੁਰਭੇਜ ਸਿੰਘ ਟਿੱਬੀ, ਇਕਬਾਲ ਚੰਦ ਪਾਲਾ ਬੱਟੀ, ਚੌਧਰੀ ਦੌਲਤ ਰਾਮ ਜੀ ਹੋਰ ਸਾਡੇ ਜੋਗਿੰਦਰਪਾਲ ਭਾਟਾ ਜੀ, ਔਰ ਸਾਡੇ ਇੱਥੇ ਬੜੇ ਰਾਮ ਦਵਾਲੀ ਜੀ ਸਾਡੇ ਅੰਮ੍ਰਿਤਸਰ ਤੋਂ ਜਿਹੜੇ ਕੰਬੋਜ ਸਭਾ ਦੇ ਸਾਡੇ ਸੈਕਟਰੀ ਨੇ, ਅਸੀਂ ਸਾਰੇ ਇੱਕ 25 ਮੈਂਬਰੀ ਕਮੇਟੀ 15 ਫਰਵਰੀ ਨੂੰ ਬਣਾਵਾਂਗੇ। ਜੁਆਇੰਟ ਐਕਸ਼ਨ ਕਮੇਟੀ ਜੋ ਫੈਸਲਾ ਕਰੂਗੀ ਉਹਦੇ ਰਿਗਾਰਡਿੰਗਲੀ ਅਸੀਂ ਫਿਰ ਅਗਲਾ ਜਿਹੜਾ ਕਦਮ ਹੈ ਉਹ ਚੱਕਾਂਗੇ। ਅੱਜ ਤੁਸੀਂ ਆਏ ਜੇ, ਕੀ ਲੈ ਕੇ ਆਏ ਜੇ? ਅਸੀਂ ਸ਼ਹੀਦ ਊਧਮ ਸਿੰਘ ਦੇ ਪ੍ਰਤੀ ਜੋ ਇੱਕ ਗੈਰ ਭਾਵਨਾ, ਮਤਲਬ
ਬਣਾਈ ਜਾ ਰਹੀ ਹੈ। ਤੁਹਾਡੇ ਹੱਥ 'ਚ ਕਾਗਜ਼ ਹੈਗਾ, ਮੰਗ ਪੱਤਰ ਤੁਸੀਂ ਲੈ ਕੇ ਆਏ, ਤੁਸੀਂ ਇਹ ਕਿੰਨਾ ਲਓ? ਇਹ ਅਸੀਂ ਸੈਕਟਰੀ ਸਾਹਿਬ ਦੇ ਥਰੂ ਅਸੀਂ ਸੈਂਟਰ ਗੌਰਮੈਂਟ ਨੂੰ ਪੁਛਾਵਾਂਗੇ ਕਿ ਇਹ ਜਿਹੜੀ ਅੱਗੇ ਚੀਜ਼ ਬਣ ਰਹੀ ਹੈ ਇਹਨੂੰ ਰਿਮੂਵ ਕੀਤਾ ਜਾਵੇ, ਬਸ ਰਿਮੂਵ ਕੀਤਾ ਜਾਵੇ। ਤੁਹਾਡੀਆਂ ਬੜੀਆਂ ਕੁਰਬਾਨੀਆਂ, ਤੁਹਾਡਾ ਨਾਂ ਬਹੁਤ ਸੁਣਿਆ ਹੈ ਰੁਲਦਾ ਰਾਮ ਜੀ, ਇੰਨਾ ਤੱਕ ਤੁਸੀਂ ਇਹਦੇ ਸ਼ਹੀਦਾਂ ਬੁੱਤ ਲਾਉਣ ਲਈ, ਦੌਲਤ ਰਾਮ ਜੀ ਤੁਹਾਡਾ ਮਤਲਬ ਇੰਨਾ ਨਾਂ ਹੈ ਇਸ ਕੰਮ ਕਰਨ ਦੇ, ਬੁੱਤ ਇੱਥੇ ਲਗਾਉਣ ਦੇ ਵਿੱਚ, ਤੁਸੀਂ ਕੀ ਮਹਿਸੂਸ ਕਰਦੇ ਜੇ ਸਾਹਮਣੇ ਕੁਛ ਜੇ ਆ ਇੰਨਾ ਕੁਛ ਬਣ? ਨਹੀਂ, ਸਾਨੂੰ ਤਾਂ ਇਹ ਬਹੁਤ ਬੁਰਾ ਲੱਗ ਰਿਹਾ ਕਿ ਇਹਦੇ ਨਾਲ ਬੁੱਤ ਦੀ ਵੀ ਸ਼ਾਨ ਜਿਹੜੀ ਹੈ ਉਹ ਘਟੀਏ, ਔਰ ਜਲ੍ਹਿਆਂਵਾਲੇ ਬਾਗ ਦਾ ਜੋ ਅੱਜ ਸੋਹਣਾ ਨਜ਼ਾਰਾ ਉਹ ਵੀ ਮਤਲਬ ਘਟਿਆ ਹੈ। ਅਸੀਂ ਇਹ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਵੀ ਬਿਲਕੁਲ ਸਾਰੀ ਚੀਜ਼ ਸਾਫ਼ ਹੋਣੀ ਚਾਹੀਏ ਜਿਹਦੇ ਕਰਕੇ ਕਿ ਜਲ੍ਹਿਆਂਵਾਲੇ ਬਾਗ ਨੂੰ ਹਰ ਆਦਮੀ ਦੂਰਤਮੀ ਸਲਾਮ ਕਰ ਸਕੇ। ਜੇ ਇਹ ਟਿਕਟ ਨਹੀਂ ਵੀ ਲਾਉਂਦੇ, ਲੇਕਿਨ ਇਹ ਮੈਨੂੰ ਪਤਾ ਲੱਗਾ ਵੀ ਉਹਨਾਂ ਨੇ ਪਾਸ ਸ਼ੁਰੂ ਕਰਨੇ ਨੇ ਪਾਸ, ਹੁਣ ਜਿੱਥੇ ਹਜ਼ਾਰਾਂ ਲੋਕ ਆਉਂਦੇ ਨੇ ਕੋਈ ਜਗ੍ਹਾ ਤਾਂ ਹੈ ਨਹੀਂ, ਇੱਥੇ ਤਾਂ ਮਾਰ ਮੀਲ ਪੰਡੀ ਦੀ ਲਾਈਨ ਲੱਗ ਜਾਏਗੀ, ਅਤੇ ਉਹਦੇ ਨਾਲ ਸਗੋਂ ਹੋਰ ਜ਼ਿਆਦਾ ਅਪਸੈਟ ਟ੍ਰੈਫਿਕ ਵੀ ਹੋਏਗਾ, ਵੈਸੇ ਵੀ ਲੋਕਾਂ ਨੂੰ ਤਕਲੀਫ ਬੜੀ ਹੋਏਗੀ। ਇਹ ਰੋਸ ਤੋਂ ਇਲਾਵਾ ਜਾਂ ਮੰਗ ਪੱਤਰ ਦੇਣ ਤੋਂ ਇਲਾਵਾ ਕੀ ਕੰਬੋਜ ਬਰਾਦਰੀ ਜਿਹੜੀ ਹੈ ਉਹ ਤਾਂ ਫਿਰ ਇਹ ਕਾਨੂੰਨੀ ਪ੍ਰਕਿਰਿਆ ਵੀ ਕਰਨਾ ਚਾਹੁੰਦੀ ਹੈ? ਉਹ ਤਾਂ ਫਿਰ ਜਿਵੇਂ ਅੱਗੇ ਪ੍ਰੋਗਰਾਮ ਬਣੇਗਾ ਉਸ ਮੁਤਾਬਕ ਹੀ ਮਤਲਬ ਅਸੀਂ ਚੱਲ। ਹਾਂਜੀ, ਕਾਨੂੰਨ ਦੇ ਵਿੱਚ ਵਿਸ਼ਵਾਸ ਹੈਗਾ? ਹਾਂਜੀ। ਕਿ ਧਰਨਿਆਂ ਵਿੱਚ? ਨਹੀਂ ਨਹੀਂ, ਪਹਿਲਾਂ ਅਸੀਂ ਸੰਵਿਧਾਨ ਦੇ ਸਨਮਾਨ ਕਰਦੇ ਹਾਂ, ਅਸੀਂ ਦੇਸ਼ ਦੇ ਨਾਗਰਿਕ ਹਾਂ, ਔਰ ਬੜੀ ਸ਼ਾਂਤਮਈ ਸਾਡੀ ਮਤਲਬ ਸਾਰੀ ਇਹ ਕੌਮ ਹੈ, ਅਤੇ ਅਸੀਂ ਤਾਂ ਇਹੀ ਹੈ ਕਿ ਵੀ ਪਹਿਲਾਂ ਅਸੀਂ ਆਪਣਾ ਜੋ ਪ੍ਰਕਿਰਿਆ ਹੈ ਅਸੀਂ ਰਾਜਨਾਥ ਜੀ ਤੱਕ ਵੀ ਜਾਵਾਂਗੇ ਉਹਨਾਂ ਦੇ ਦਿਮਾਗ 'ਚ, ਕਿਉਂਕਿ ਇਹ ਸ਼ਹੀਦ ਦਾ ਬੁੱਤ ਉਹਨਾਂ ਦੇ ਘਰ ਕਮਲਾਂ ਨਾਲ ਲੱਗਿਆ ਸੀਗਾ, ਅਤੇ ਉਹਨਾਂ ਤੱਕ ਵੀ ਇਹ ਗੱਲ ਅਸੀਂ ਪਹੁੰਚਾਵਾਂਗੇ ਆਪ ਜਾ ਕੇ। ਧੰਨਵਾਦ ਜੀ। ਸੋ ਤੁਸੀਂ ਵੇਖਿਆ ਆ ਕਿ ਜੋ ਅੱਜ ਦਾ ਦਿਨ ਜੋ ਵੇਖ ਰਹੇ ਸਾਰਾ ਤੁਸੀਂ, ਕਿ ਇੱਥੇ ਜੋ ਐਡਾ ਵੱਡਾ ਧਰਨਾ ਕੰਬੋਜ ਬਰਾਦਰੀ ਪੂਰੇ ਦੇਸ਼ ਦੇ ਵਿੱਚੋਂ ਲੈ ਕੇ ਆਈ ਆ, ਤੁਸੀਂ ਬੁੱਤ ਵੇਖ ਰਹੇ ਜੇ ਇਸ ਬੁੱਕ ਦੀ ਦਿੱਖ ਵੇਖੋ ਤੁਸੀਂ ਸਾਰੀ ਇੱਧਰ ਸਾਈਡ 'ਤੇ, ਆਹ ਸਾਰਾ ਅੱਗੇ ਇੱਕ ਟਿਕਟ ਘਰ ਬਣਾਇਆ ਗਿਆ ਆ। ਇਸ ਚੀਜ਼ ਦੇ ਵਿੱਚ ਜੋ ਇਸ ਬਰਾਦਰੀ ਦੇ ਜ਼ਿੰਮੇਵਾਰ ਹਸਤੀਆਂ ਨੇ ਉਹਨਾਂ ਨੇ ਇਹ ਕਿਹਾ ਆ ਕਿ ਇਹ ਸਿਰਫ ਦਿੱਖ ਖਰਾਬ ਕਰਨ ਵਾਸਤੇ ਹੀ ਇੱਕ ਚਾਲ ਚੱਲੀ ਗਈ ਹੈ, ਨਾ ਕੋਈ ਟਿਕਟ ਹੈ ਨਾ ਕੁਛ ਹੈ, ਸਿਰਫ ਇੱਕ ਇਤਿਹਾਸਿਕ ਦਿੱਖ ਖਰਾਬ ਕਰਨ ਵਾਸਤੇ ਸਾਰਾ ਕੁਛ ਬਣਾਇਆ ਗਿਆ ਆ। ਜੋ ਇੱਥੋਂ ਦੀਆਂ ਜ਼ਿੰਮੇਵਾਰ ਹਸਤੀ ਹੈ ਸੈਕਟਰੀ ਸਾਹਿਬ ਨੇ, ਔਰ ਉਹਨਾਂ ਨੂੰ ਜਿਹੜੀ ਕੰਬੋਜ ਬਰਾਦਰੀ ਆ ਉਹ ਇਹਨਾਂ ਨੂੰ ਮੰਗ ਪੱਤਰ ਦੇ ਰਹੇ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਾਡੇ ਸਾਰੀ ਸਾਡੀ ਕੰਬੋਜ ਬਰਾਦਰੀ ਦੇ ਦਰਜਾ ਬਦਰਜਾ ਸਾਰੇ ਇੱਥੇ ਆਏ ਆ, ਸਾਡੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਹੋਰ ਵੀ ਬੰਦੇ ਆਉਣ ਡਿਆ। ਅੱਗੇ ਵੀ ਇੱਕ ਦਿਨ ਪ੍ਰੈਸ ਕਾਨਫਰੰਸ ਕੀਤੀ ਸੀ ਵੀ ਜੋ ਅੰਤਰਰਾਸ਼ਟਰੀ ਕੰਬੋਜ ਸਭਾ ਨੇ ਪਿਛਲੇ ਸਾਲ ਇੱਥੇ ਬੁੱਤ ਲਾਇਆ ਸੀ, ਆਪਣੇ ਖਰਚੇ 'ਤੇ ਲਾਇਆ ਸੀ, ਕਿਸੇ ਸਰਕਾਰ ਨੇ ਇੱਥੇ ਦੁੱਕੀ ਨਹੀਂ ਲਾਈ, ਔਰ ਜਿਹਦਾ ਉਦਘਾਟਨ ਸਾਡੇ ਇੰਡੀਆ ਦਾ ਗ੍ਰਹਿ ਮੰਤਰੀ ਸਰਦਾਰ ਰਾਜਨਾਥ ਸਿੰਘ ਆਣ ਕੇ ਆਪਣੇ ਸ਼ੁਭ ਹੱਥਾਂ ਨਾਲ ਕਰਕੇ ਗਿਆ ਸੀ, ਅੱਜ ਉਹਦੇ ਸਾਹਮਣੇ ਇਹਨਾਂ ਨੇ ਇੱਕ ਖਿੜਕੀ ਲਾਤੀ ਆ, ਉਹਦੀ ਇਹਨਾਂ ਟਿਕਟ ਲਾਉਣੀ ਜਿਹੜੇ ਸ਼ਹੀਦ ਨੇ ਜਾ ਕੇ ਦੁਪਹਿਰ ਨੂੰ ਮਾਰਿਆ ਅਸੈਂਬਲੀ 'ਚ, ਉਹ ਸ਼ਹੀਦ ਦਾ ਮੁੱਲ ਵੱਟਣ ਵਾਸਤੇ ਇਹਨਾਂ ਇੱਥੇ ਟਿਕਟ ਲਾਤੀ ਆ। ਜੇ ਇੱਥੇ 10 ਰੁਪਈਏ ਟਿਕਟ ਕਹਿੰਦੇ ਲਾਵਾਂਗੇ, ਇਹਨਾਂ ਨੇ ਸਾਡੇ ਬੁੱਤ ਦੀ ਸ਼ਾਨ ਵੀ ਹਟਾਤੀ ਆ, 10 ਰੁਪਈਏ ਪ੍ਰਤੀ ਬੰਦੇ ਨੂੰ ਇਹ ਟਿਕਟ ਲਾਉਣਗੇ, 1 ਲੱਖ ਬੰਦਾ ਮੱਥਾ ਟੇਕੂ ਤਾਂ 10 ਲੱਖ ਇਹਨਾਂ ਦੀ ਜੇਬਾਂ ਜਾਊਗਾ। ਇਹਨਾਂ ਸ਼ਹੀਦਾਂ ਲਈ ਦੇਸ਼ ਲਈ ਕੁਰਬਾਨੀ ਕੀਤੀ, ਜਾਨਾਂ ਦਿੱਤੀਆਂ, ਅਤੇ ਸ਼ਹੀਦਾਂ ਦਾ ਕਰਕੇ ਅੱਜ ਅਸੀਂ ਰਾਜ ਭਾਗ ਜੋ ਹਿੰਦੁਸਤਾਨ ਦਾ ਹੰਡਾਰ ਆ ਉਹ ਸ਼ਹੀਦਾਂ ਦਾ ਕਰਕੇ ਕਰ ਰਹੇ ਹਾਂ। ਅਤੇ ਅੱਜ ਜਿੰਨਾ ਵੀ ਇੱਥੇ ਇਹਨਾਂ ਨੇ ਕੀਤਾ ਅਸੀਂ ਨਿਖੇਧੀ ਕਰਦੇ ਕੰਬੋਜ ਸਭਾ, ਅੰਤਰਰਾਸ਼ਟਰੀ ਸਭਾ, ਜ਼ਿਲ੍ਹੇ ਦੀ ਕੰਬੋਜ ਸਭਾ, ਵੀ ਇਹ ਬਿਲਕੁਲ ਸਰਕਾਰ ਦਾ ਗਲਤ ਕੰਮ ਆ। ਅਸੀਂ ਸੈਂਟਰ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਅਤੇ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਵੀ ਇਹ ਟਿਕਟ ਵਾਲਾ ਕੰਮ ਨਹੀਂ ਹੋਣਾ ਚਾਹੀਦਾ, ਸ਼ਹੀਦਾਂ ਦਾ ਮੁੱਲ ਨਹੀਂ ਵੱਟਣਾ ਚਾਹੀਦਾ, ਬੜੇ ਕੰਮ ਹੋਰ ਠੱਗੀ ਠੁੱਗੀ ਮਾਰ ਲਓ, ਪੈਸੇ ਲੈ ਲਓ ਕਿਤੇ, ਉਹ ਸ਼ਹੀਦਾਂ ਦੇ ਨਾਂ ਨਹੀਂ ਮਾਰਨੇ ਚਾਹੀਦੇ। ਕਿੰਜ ਕੀਤਾ ਅਤਿਆਚਾਰ ਤੂੰ ਅੱਜ ਜਲ੍ਹਿਆਂ ਵਾਲੇ ਬਾਗ ਓਏ,
ਉਹ ਤਿਰੇ ਮਾਰ ਕੇ ਗੋਲੀ ਗੋਰੇ, ਅੱਜ ਧੋ ਦੇਣੇ ਸਾਰੇ ਦਾਗ ਹੋਏ, ਅੱਜ ਧੋ ਦੇਣੇ ਸਾਰੇ ਦੋਗ ਹੋਏ। ਮੈਂ ਤੈਨੂੰ ਉਹਦੀ ਘੋੜੀ ਚਾੜ ਕੇ ਮੈਂ ਮਜ਼ਾ ਫਾਂਸੀ ਦਾ ਚੱਖਣਾ, ਉਹ ਮੈਂ ਬਦਲਾ ਲੈਣਾ ਗੋਰਿਆ, ਇਤਿਹਾਸ ਨੂੰ ਜਿੰਦਾ ਰੱਖਣਾ, ਇਤਿਹਾਸ ਨੂੰ ਜਿੰਦਾ ਰੱਖਣਾ। ਤੁਸੀਂ ਵੇਖ ਰਹੇ ਜੇ ਜਲਿਆਂਵਾਲਾ ਬਾਗ, ਜੋ ਸ਼ਹੀਦਾਂ ਦੀ ਧਰਤੀ ਆ। ਇਸ ਵੇਲੇ ਇੱਥੇ ਤੁਸੀਂ ਵੇਖ ਰਹੇ ਸਾਰੇ ਕਿ ਜਿੰਨੇ ਵੀ ਲੋਕ ਜੇ ਦਰਸ਼ਨ ਕਰਨ ਲਈ ਆ ਰਹੇ ਨੇ, ਉਹਨਾਂ ਦਾ ਇਹੀ ਵਿਚਾਰ ਆ, ਉਹ ਇਹੀ ਕਹਿੰਦੇ ਆ ਕਿ ਜਲਿਆਂਵਾਲੇ ਬਾਗ ਦੇ ਵਿੱਚ ਟਿਕਟ ਨਹੀਂ ਲੱਗਣੀ ਚਾਹੀਦੀ, ਇਹ ਕਿਉਂਕਿ ਇਹ ਸ਼ਹੀਦਾਂ ਦੀ ਜਗ੍ਹਾ ਆ। ਜੇ ਅਗਰ ਟਿਕਟ ਲਾਉਣੀ ਹੈ ਸਰਕਾਰ ਨੇ, ਉਹ ਪਿਕਨਿਕ ਸਪੋਟ ਕਿਤੇ ਹੋਰ ਬਣਾ ਲੈਣ, ਉੱਥੇ ਬਣਾ ਕੇ ਉਹ ਟਿਕਟ ਲਾ ਲੈਣ, ਇਸ ਕਰਕੇ ਸ਼ਹੀਦਾਂ ਦੀ ਜਗ੍ਹਾ 'ਤੇ ਟਿਕਟ ਨਾ ਲਾਉਣੀ ਚਾਹੀਦੀ। ਪ੍ਰਸ਼ਾਸਨ ਨੂੰ ਦੁਬਾਰਾ ਬੇਨਤੀ ਕੀਤੀ ਜਾਂਦੀ ਆ ਕਿ ਜੋ ਪੂਰੀ ਹਿੰਦੁਸਤਾਨ ਦੀ ਦੁਨੀਆ ਇੱਥੇ ਰੋਜ਼ ਨਤਮਸਤਕ ਹੁੰਦੀ ਆ, ਹਿੰਦੁਸਤਾਨ ਦੀ ਦੁਨੀਆ ਦੇ ਇਹ ਕਹਿਣ ਨੂੰ ਮੰਨ ਲਿਆ ਜਾਏ, ਪ੍ਰਸ਼ਾਸਨ ਇਸ ਚੀਜ਼ ਦੀ ਬੇਨਤੀ ਨੂੰ ਮੰਨੇ। ਹਰਿੰਦਰ ਵੇਰਕਾ ਦੇ ਨਾਲ ਮੈਂ ਵਜ਼ੀਰ ਮੂਦਲ, ਆਵਾਜ਼ੇ ਕੌਮ ਟੀਵੀ, ਜਲਿਆਂਵਾਲਾ ਬਾਗ।